ਟ੍ਰੈਫਿਕ ਨਿਯਮਾਂ ਵਿੱਚ ਸੋਧ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਦੇ ਵੱਖ-ਵੱਖ ਸਕੂਲਾਂ ਵਿੱਚ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਅਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਦੇ ਨਾਲ ਮਿਲ ਕੇ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਲਗਾਤਾਰ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਰਾਜਪੁਰਾ ਦੇ CM ਸਕੂਲ, NTC ਸਕੂਲ, ਸਕਾਲਰ ਸਕੂਲ ਦੇ ਨਾਲ ਨਾਲ ਅੱਜ SD ਸਕੂਲ ਰਾਜਪੁਰਾ ਵਿੱਚ ਇਸ ਲੜੀ ਦੇ ਤਿੱਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਅਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਨੇ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਨਵੇਂ ਸ਼ੋਧਿਤ ਕਾਨੂੰਨਾਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਬਿਨਾਂ ਲਾਇਸੈਂਸ ਕੋਈ ਵੀ ਵਾਹਨ ਚਲਾਉਣ ਤੋਂ ਮਨ੍ਹਾ ਕੀਤਾ ਅਤੇ ਨਵੇਂ ਕਾਨੂੰਨਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ 199A ਅਤੇ 199B ਧਾਰਾਵਾਂ ਦੇ ਤਿੱਤ ਕੋਈ ਵੀ ਅੰਡਰ ਏਜ ਬੱਚਾ ਜੇ ਗੱਡੀ ਚਲਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦੇ ਮਾਂ ਬਾਪ ਨੂੰ ₹25,000 ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ। ਇਸ ਸਬੰਧ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਹ ਨਵੇਂ ਕਾਨੂੰਨ 1 ਅਗਸਤ 2024 ਤੋਂ ਲਾਗੂ ਹੋ ਜਾਣਗੇ। ਇਸ ਲਈ ਬੱਚਿਆਂ ਨੂੰ ਜਾਗਰੂਕ ਕਰਨਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਡਿਊਟੀ ਦੇ ਅਨੁਸਾਰ ਇਹ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਵੀ ਫਿਟਨੈਸ ਵਾਲੀਆਂ ਸਕੂਲ ਵੈਨਾਂ ਹਨ ਉਨ੍ਹਾਂ ਤੇ ਹੀ ਬੱਚਿਆਂ ਨੂੰ ਭੇਜਿਆ ਜਾਵੇ। ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਤੇ ਉਨ੍ਹਾਂ ਦੀ ਟੀਮ ਦੇ ਨਾਲ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ, ਸਕੂਲ ਦੇ ਪ੍ਰਿੰਸੀਪਲ ਮੈਡਮ ਕਮਲ ਪਹੁਜਾ, ਸਮਾਜ ਸੇਵੀ ਵਰਮਾ ਜੀ ਵੀ ਮੌਜੂਦ ਰਹੇ। SP ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼, DSP ਟ੍ਰੈਫਿਕ ਸਲਾਹਕਾਰ ਨੈਣ ਸਿੰਘ ਜੀ ਦੀ ਰਹਿਨੁਮਾਈ ਹੇਠ ਅਸੀਂ ਰਾਜਪੁਰਾ ਵਿਖੇ ਸਰ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਅੱਜ ਸਾਡਾ ਜੀ ਅੱਜ SD ਪਬਲਿਕ ਸਕੂਲ ਰਾਜਪੁਰਾ ਵਿਖੇ ਆਏ ਸੀਗੇ। ਸਾਡੀ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਜੀ ਸਾਡੇ ਨਾਲ ਨੇ, ਪੁਲਿਸ ਵਰਮਾ ਜੀ ਨੇ, ਮੈਡਮ ਜੀ ਨੇ, ਪ੍ਰਿੰਸੀਪਲ ਮੈਮ ਨੇ ਜੀ। ਤਾਂ ਅਸੀਂ ਬੱਚਿਆਂ ਨੂੰ ਜੀ ਇਹ ਦੱਸਿਆ ਕਿ ਵੀ ਜਿਹੜਾ ਕਿ 16 ਸਾਲ ਤੋਂ ਇੱਕ ਲਾਇਸੈਂਸ ਬਣਦਾ ਜੀ, ਉਹ ਲਾਇਸੈਂਸ ਕੀ ਹੈ ਜੀ, 50 CC ਵਾਲਾ ਇੰਜਨ ਵਾਲੇ ਵਹੀਕਲ ਹੀ ਇਹ ਚਲਾ ਸਕਦੇ ਨੇ। ਜਿਹੜੇ ਕਿ ਬੱਚੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਇਸ ਨਵੇਂ ਕਾਨੂੰਨ ਦੇ ਤਹਿਤ ਧਾਰਾ 199A, ਧਾਰਾ 199B ਦੇ ਤਹਿਤ ਜੇਕਰ ਕੋਈ ਵੀ ਬੱਚਾ ਸਾਨੂੰ ਚੈਕਿੰਗ ਦੌਰਾਨ ਪਾਇਆ ਗਿਆ ਤਾਂ ਉਸ ਨੂੰ 3 ਸਾਲ ਦੀ ਕੈਦ ਅਤੇ ₹25,000 ਜੁਰਮਾਨਾ ਹੈ। ਇਸ ਲਈ ਸਰ ਉਹਨਾਂ ਤੋਂ ਬਚਣ ਲਈ ਅਸੀਂ ਲੋਕ ਜਾ ਕੇ ਵੱਖ ਵੱਖ ਸਕੂਲਾਂ ਜਾ ਕੇ ਜਾਗਰੂਕ ਕੈਂਪ ਲਗਾ ਰਹੇ ਹਾਂ। ਤਾਂ ਇਹ ਬੱਚਿਆਂ ਨੂੰ ਅਸੀਂ ਕਲੀਅਰ ਸਮਝਾਇਆ ਜੀ, ਸਾਨੂੰ ਆ ਕੇ ਕਈ ਵਾਰੀ ਸਾਨੂੰ ਕੁਐਸਚਨ ਕਰਦੇ ਨੇ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਕਿ ਅਸੀਂ ਐਕਟਿਵਾ ਚਲਾ ਸਕਦੇ ਹਾਂ ਕਿਉਂਕਿ ਉਹ ਵਿਦਆਊਟ ਗੇਅਰ ਹੈ। ਜਦੋਂ ਐਕਟ ਬਣਿਆ ਸੀ ਜੀ ਸਨ 1988 ਦੇ ਵਿੱਚ, 1988 ਧਾਰਾ 4 ਦੇ ਵਿੱਚ, ਉਸ ਦੇ ਵਿੱਚ ਕਲੀਅਰ ਕੀਤਾ ਗਿਆ ਸੀਗਾ ਵੀ ਜਿਹੜਾ ਬੱਚੇ ਦਾ 16 ਸਾਲ ਤੋਂ ਉੱਤੇ ਦੇ ਲਾਇਸੈਂਸ ਇਸ਼ੂ ਹੁੰਦਾ ਹੈ, ਜਿਹਦੇ ਕੋਲ ਲਾਇਸੈਂਸ ਹੋਏ ਉਹੀ ਚਲਾ ਸਕਦਾ, ਬਟ ਉਹ 50 CC ਇੰਜਨ ਤੱਕ ਹੀ ਉਹ ਚਲਾ ਸਕਦਾ। ਜਿਹੜਾ ਐਕਟਿਵਾ ਹੈ ਉਹਦੀ ਜਿਹੜੀ ਇੰਜਨ ਹੈ ਜੀ 110 CC ਹੈ, ਉਹ ਇਸ ਵਿੱਚ ਨਹੀਂ ਆਉਂਦਾ। ਇਸ ਲਈ ਜਿਹੜਾ ਵੀ ਬੱਚਾ ਹੁਣ 18 ਸਾਲ ਤੋਂ ਘੱਟ ਉਮਰ ਦਾ ਉਹਦਾ ਕੋਈ ਲਾਇਸੈਂਸ ਨਹੀਂ ਬਣਦਾ, 18 ਸਾਲ ਤੋਂ ਉੱਤੇ ਜਾ ਕੇ ਬਣਦਾ ਹੈ, ਅਤੇ ਉਸ ਲਈ ਉਹੀ ਵਹੀਕਲ ਵਰਤੋਂ 'ਚ ਲਿਆ ਸਕਦਾ। ਅਤੇ ਅਸੀਂ ਹੁਣ ਮਜ਼ੇ ਜਾ ਕੇ ਸਕੂਲ ਦੇ ਵਿੱਚ ਆ ਕੇ ਸਕੂਲ ਦੇ ਸਹਿਯੋਗ ਨਾਲ ਦੀਪਕ ਚਾਵਲਾ ਟ੍ਰੈਫਿਕ ਮਾਰਸ਼ਲ ਜੀ ਸਾਡੀ ਤੁਹਾਡੀ ਪ੍ਰੈਸ ਦੇ ਸਹਿਯੋਗ ਨਾਲ ਅਸੀਂ ਸਾਰੇ ਲੋਕਾਂ 'ਚ ਅਵੇਅਰਨੈਸ ਕਰ ਰਹੇ ਹਾਂ ਕਿ ਵੀ ਇਸ ਕਾਨੂੰਨ ਤੋਂ ਬਚਿਆ ਜਾਵੇ ਕਿਉਂਕਿ ਸਜ਼ਾਵਾਂ ਸਖਤ ਨੇ। ਤਾਂ ਇਹ ਮਾਣਯੋਗ ਸਾਡੇ SSP ਸਾਹਿਬ ਨੇ ਜੀ, ਸਾਡੇ ਜ਼ਿਲ੍ਹੇ ਦੀ ਸਾਰੀ ਪਟਿਆਲਾ ਪੁਲਿਸ ਹੈ ਜੀ ਜਿਹੜੀ ਆਪਣੀ ਤਤਪਰ ਹੈ, ਉਹ ਸਾਰੇ ਲੋਕਾਂ ਦੇ ਵਿੱਚ ਅਵੇਅਰਨੈਸ ਕਰ ਰਹੀ ਹੈ ਤਾਂ ਜੋ ਕੋਈ ਵੀ ਸਾਡਾ ਕੋਈ ਕਿਸੇ ਚਲਾਨ ਕਰਨਾ ਜਾਂ ਸਾਡਾ ਨੁਕਸਾਨ ਕਰਨਾ ਨਹੀਂ, ਕਿਉਂਕਿ ਸਾਨੂੰ ਜੋ ਟ੍ਰੈਫਿਕ ਦੇ ਵਿੱਚ ਲਗਾਇਆ ਗਿਆ ਤਾਂ ਉਹ ਸਾਡੇ ਟ੍ਰੈਫਿਕ ਦਾ ਇਹੀ ਮਕਸਦ ਹੁੰਦਾ ਕਿ ਅਸੀਂ ਲੋਕਾਂ ਨੂੰ ਜਾ ਕੇ ਜਾਗਰੂਕ ਕਰੀਏ। ਤਾਂ ਅੱਜ ਇਸ ਕਰਕੇ ਜੇ ਸਕੂਲ ਦੇ ਵਿੱਚ ਬੇਨਤੀ ਲੈ ਕੇ ਆਏ ਸੀ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਦੀ ਹਾਂ, ਸਕੂਲ ਦੀ ਮੈਨੇਜਮੈਂਟ ਦਾ ਵੀ ਅਤੇ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਜੀ, ਅਤੇ ਅੱਗੇ ਤੋਂ ਵੀ ਇਹ ਸਾਡਾ ਸਹਿਯੋਗ ਕਰਦੇ ਰਹਿਣਗੇ ਅਸੀਂ ਆਸ ਕਰਦੇ ਹਾਂ। ਜੈ ਹਿੰਦ। ਸਭ ਤੋਂ ਪਹਿਲੇ ਤਾਂ ਅਸੀਂ ਸ਼੍ਰੀ OP ਅਰੋੜਾ ਜੀ, ਡਾਇਰੈਕਟਰ ਸਾਹਿਬ SD ਸਕੂਲ, ਅਤੇ ਸ਼੍ਰੀ ਦਿਨੇਸ਼ ਵਰਮਾ ਜੀ ਅਤੇ ਪ੍ਰਿੰਸੀਪਲ ਮੈਡਮ ਕਮਲ ਪਹੁਜਾ ਜੀ ਦਾ ਬਹੁਤ ਹੀ ਥੈਂਕ ਯੂ ਕਰਦੇ ਹਾਂ ਅਸੀਂ। ਸਾਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ, ਅਤੇ ਅੱਜ ਜੋ ਸਾਨੂੰ ਵੀ SSP ਸਾਹਿਬ ਪਟਿਆਲਾ
DSP ਸਾਹਿਬ ਟ੍ਰੈਫਿਕ ਪਟਿਆਲਾ ਅਤੇ DSP ਸਾਹਿਬ ਰਾਜਪੁਰਾ ਸ਼੍ਰੀ ਵਿਕਰਮਜੀਤ ਸਿੰਘ ਬਰਾੜ ਜੀ ਦੁਆਰਾ ਜੋ ਵੀ ਹਿਦਾਇਤਾਂ ਦਿੱਤੀ ਗਈ ਸੀ, ਅਸੀਂ ਅੱਜ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਸੰਬੰਧੀ ਬੱਚਿਆਂ ਨੂੰ ਇੱਥੇ ਆ ਕੇ ਸਮਝਾਇਆ ਅਤੇ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਉਸ ਬਾਰੇ ਵੀ ਦੱਸਿਆ ਅਤੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਗੁਰਬਚਨ ਜੀ ਜੋ ਹੈ ਉਹ ਵੀ ਨਾਲ ਹਨ ਅਤੇ ਸਾਰਾ ਟੀਮ ਜਿੰਨੀ ਵੀ ਸਾਡੀ ਟ੍ਰੈਫਿਕ ਦੀ ਟੀਮ ਹੈ ਅਤੇ ਉਹਨਾਂ ਦਾ ਮੈਂ ਸਭ ਦਾ ਹੀ ਇਸ ਧੰਨਵਾਦ ਕਰਦਾ ਹਾਂ ਅਤੇ ਬੱਚਿਆਂ ਨੂੰ ਇੰਸਟਰਕਸ਼ਨ ਦਿੱਤੀ ਗਈ ਰੂਲ ਰੈਗੂਲੇਸ਼ਨ ਫੋਲੋ ਕਰਨ ਦਾ ਉਹਨਾਂ ਨੂੰ ਦੱਸਿਆ ਗਿਆ। ਸੇਵਾ ਕੇਂਦਰ ਬਾਰੇ ਕੀ ਕਹਿਣਾ ਚਾਹੋਗੇ? ਸਰ ਸਾਂਝ ਕੇਂਦਰ ਰਾਜਪੁਰਾ ਸਬ ਡਿਵੀਜ਼ਨ ਉੱਥੇ ਵੀ ਮੈਨੂੰ ਇੱਕ ਸੇਵਾ ਦਿੱਤੀ ਗਈ ਹੈ ਜਿੱਥੇ ਮੈਂ ਕਮੇਟੀ ਮੈਂਬਰ ਪਿਛਲੇ 5-6 ਸਾਲਾਂ ਤੋਂ ਹਾਂ। ਉੱਥੇ ਵੀ ਸਾਡਾ ਜਿਹੜਾ ਪਹਿਲੇ ਮੇਨ ਜਿਹੜਾ ਉੱਥੇ ਪਹਿਲੇ ਕੋਈ ਵੀ ਡੋਰੀ ਦੇ ਕੇਸਿਸ ਨਾਲ ਰਿਲੇਟਿਡ ਸੀ ਐਜ਼ ਏ ਕੌਂਸਲਰ, ਕੌਂਸਲਿੰਗ ਵਿੱਚ ਅਸੀਂ ਉੱਥੇ ਰਹਿੰਦੇ ਸੀ ਅਤੇ ਜੋ ਵੀ ਸਾਨੂੰ ਪਰਮਾਤਮਾ ਨੇ ਸੇਵਾ ਕਰਾਈ ਹੈ ਅੱਛੇ ਢੰਗ ਨਾਲ ਕਰ ਰਹੇ ਹਾਂ, ਠੀਕ ਹੋ ਗਿਆ। अब उपलब्ध है 1100 प्लस डिजिटल केबल नेटवर्क पर एन एंड्रॉइड बेस्ड DTH स्मार्ट सेटअप बॉक्स सभी OTT प्लेटफॉर्म 24 घंटे लाइव देखिए हमारे सोशल मीडिया पेजेस पर।